ਸੋ ਇਸ ਕਰਕੇ ਮੈਂ ਕਹਿੰਦਾ ਕਿ ਸਿੱਖੀ ਦੇ ਭੇਸ ਵਿੱਚ ਜਿਹੜੇ ਅੱਜ ਦੇ ਰੰਗੜ ਨੇ ਉਹ ਜਿਹੜਾ ਉਸ ਵਕਤ ਦਾ ਰੰਗੜ ਆ ਉਹਨਾਂ ਦਾ ਮੁਕਾਬਲਾ ਕਰਕੇ ਵੇਖੋ ਕਿਤੇ ਸੋਚ ਬਰਾਬਰ ਵੀ ਨਹੀਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬੜੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪੰਥਕ ਇਕੱਠ ਹੋਣ ਜਾ ਰਿਹਾ, ਪਤਾ ਲੱਗਾ ਹੈ ਕਿ ਇੱਕ ਬਹੁਤ ਵੱਡਾ ਔਰ ਜਿਹਦੇ ਵਿੱਚ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸ਼ਾਇਦ ਸੰਗਤਾਂ ਪਹੁੰਚਣ, ਕਿਉਂਕਿ ਬਹੁਤ ਵੱਡਾ ਫੈਸਲਾ ਲੈਣ ਵਾਲੇ ਨੇ ਭਾਈ ਧਿਆਨ ਸਿੰਘ ਮਾਂਡਾ। ਵਿਧਾਇਕਾਂ ਨੇ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਕਾਨਾ ਆਨੀ ਕੀਤੀ ਹੈ, ਉਹਨਾਂ ਨੂੰ ਤਲਬ ਕੀਤਾ ਗਿਆ, ਉਹ ਪੇਸ਼ ਨਹੀਂ ਹੋਏ। 17 ਅਗਸਤ ਨੂੰ ਪੰਥਕ ਇਕੱਠ ਵਿੱਚ ਫੈਸਲਾ ਲਿਆ ਗਿਆ, ਕਾਰਵਾਈ ਕਰਨ ਦਾ ਫੈਸਲਾ। ਪਤਵਾਦੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਿਹਨਾਂ ਦੇ ਆਪਣੇ ਸਾਥੀ ਵੀ ਕਹਿੰਦੇ ਸਾਥ ਛੱਡ ਗਏ, ਪਰ ਧਿਆਨ ਸਿੰਘ ਮੰਡ ਹੁਣੀ ਫੈਸਲਾ ਲੈਣ ਜਾ ਰਹੇ ਨੇ ਪੰਥਕ ਇਕੱਠ ਦੇ ਵਿੱਚ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਭਾਈ ਧਿਆਨ ਸਿੰਘ ਮੰਡ ਦੀ ਆਪਾਂ ਗੱਲ ਕੀਤੀ, ਉਹਦੇ ਬਾਰੇ ਬਹੁਤ ਗੱਲਾਂ ਕਰ ਚੁੱਕੇ, ਹੁਣ ਆਪਾਂ ਬਹੁਤੀ ਗੱਲ ਲਾਇਕ ਨੀ ਚੰਗੀ ਗੱਲ। ਇੰਨੀ ਕੁ ਗੱਲ ਆਪਾਂ ਜ਼ਰੂਰ ਕਰ ਲਈਏ ਕਿ ਭਾਈ ਧਿਆਨ ਸਿੰਘ ਮੰਡ ਨੂੰ ਇਸ ਮੁੱਦੇ ਉੱਤੇ ਸਿਆਸਤ ਕਰਨੀ ਛੱਡ ਦੇਣੀ ਚਾਹੀਦੀ। ਸਿਆਸਤ ਨਾ ਕਰਨ ਦੇ ਧਾਰਮਿਕ ਆਗੂ ਆ ਤੇ ਧਾਰਮਿਕ ਹੋਲਡ ਦੇ ਵਿੱਚ ਉਹ ਮੰਤਰੀਆਂ ਨੇ ਬਕਾਇਦਾ ਤੌਰ ਤੇ ਪੱਤਰ ਲਿਖਿਆ ਵੀ ਮੰਡ ਸਾਹਿਬ ਤੁਹਾਨੂੰ ਅਕਾਲ ਤਖ਼ਤ ਦੇ ਲਾਗਿਓ ਲੱਗ ਨਹੀਂ ਨਾ ਦਿੰਦੇ, ਅਗਲੇ ਬਿਲਕੁਲ ਸਕੱਤਰ ਦੇ ਕਤਰੇ ਦੇ ਅੰਦਰ ਨਹੀਂ ਬਣ ਦਿੰਦੇ, ਤੁਸੀਂ ਬਾਹਰ ਖਲੋ ਕੇ ਸੜਕ ਤੇ ਖਲੋ ਕੇ ਪ੍ਰਸੰਗ ਕਰਦੇ ਹੋ ਤੇ ਤੁਸੀਂ ਚੰਗੀ ਗੱਲ ਹੈ ਤੁਹਾਡੀ ਜੀ ਤੇਰਾ ਜੀ ਸਾਡੀ ਵੀ ਤੇਰਾ ਜੀ, ਅਸੀਂ ਆ ਜਾਂਗੇ ਤੁਹਾਡੇ ਕੋਲੇ, ਤੁਹਾਡੇ ਨਾਲ ਵਿਚਾਰ ਕਰ ਲਾਂਗੇ। ਤੁਸੀਂ ਕਿਸੇ ਹੋਰ ਗੁਰਦੁਆਰੇ ਜਿੱਥੇ ਤੁਹਾਡੀ ਆਪਣੀ ਪੈਠ ਹੈਗੀ ਉੱਥੇ ਮੀਟਿੰਗ ਰੱਖ ਲਓ, ਤੁਸੀਂ ਆ ਜਾਓ। ਮੰਤਰੀਆਂ ਦਾ ਸੁਝਾਅ ਬਿਲਕੁਲ ਦਰੁਸਤ ਸੀਗਾ, ਜੇ ਕੱਲ ਨੂੰ ਮੰਤਰੀ ਅਕਾਲ ਤਖ਼ਤ ਤੇ ਜਾਂਦੇ ਪੇਸ਼ ਹੁੰਦੇ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਲੱਠ ਮਾਰ ਸੈਨਾ ਉਹਨਾਂ ਨਾਲ ਟਕਰਾਓ ਹੋ ਸਕਦਾ ਸੀ। ਨਿਕਲ ਮੰਡ ਸਾਹਿਬ ਕਹਿੰਦੇ ਮੈਂ ਨਾ ਮੰਨੂ ਜੀ, ਫਿਰ ਸਿਆਸਤ ਨਹੀਂ ਤੇ ਹੋਰ ਕੀ ਆ, ਫਿਰ ਜਾਣ ਬੁੱਝ ਕੇ ਪੰਗਾ ਪਾਉਣੀ ਗੱਲ ਹੈ, ਪੰਗਾ ਪਾ ਕੇ ਰਹਿਣਾ ਆਪਾਂ ਜੋ ਮਰਜ਼ੀ ਹੈ। ਲੋਕਾਂ ਜਾਵਾਂਗੇ ਜੀ ਮੱਥਾ ਚੱਕਣ ਗਿਆ, ਤੁਹਾਨੂੰ ਮੱਥਾ ਚੱਕਣ ਦਿੱਤਾ ਜੀ, ਸਾਡੀ ਕੁੱਟਮਾਰ ਕੀਤੀ। ਹੁਣ ਜੇ ਤੁਸੀਂ ਹਾਜੀ ਰਤਨ ਜਾਣ ਤੇ ਸਵਾਦ ਇਹ ਸੀਗਾ ਕਿ ਕੀ ਸਤਾਰਾਂ ਨੂੰ ਫਿਰ ਅਕਾਲ ਤਖ਼ਤ ਤੇ ਬਿਲਕੁਲ 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 ਰੱਖ ਅਕਾਲ ਤਖ਼ਤ ਤੇ ਇਕੱਠ ਕਰਦੇ ਹੋ ਲੋਕਾਂ ਤੋਂ, ਉੱਥੇ ਆਪਣੀ ਲੋਕਾਂ ਦੀ ਹਾਜ਼ਰੀ ਚ ਲੋਕਾਂ ਤੋਂ ਫਤਵਾ ਲੈਂਦੇ ਹੋ। ਬਿਲਕੁਲ 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 ਹੁਣ ਤੁਸੀਂ ਹਾਜੀ ਰਤਨ ਕਿਉਂ ਗਏ ਹੋ? ਇਸ ਕਰਕੇ ਇਹੀ ਗੱਲ ਤੁਹਾਨੂੰ ਉਹ ਕਹਿੰਦੇ ਸੀ ਵੀ ਭਾਈ ਤੁਸੀਂ ਹਾਜੀ ਜਿਹੜਾ ਹੈ ਉਸ ਤੁਰ ਬਸਰ ਰੱਖ, ਤੁਸੀਂ ਆ ਜਾਂਗੇ। ਉਹਨਾਂ ਮੰਤਰੀਆਂ ਬਿਲਕੁਲ ਇਨਕਾਰ ਨਹੀਂ ਕੀਤਾ, ਲੇਕਿਨ ਗਲਤੀ ਤੁਹਾਡੀ ਆ ਚਾਵਲਾ ਸਾਹਿਬ, ਪਿਛਲੇ ਜ਼ਮਾਨੇ ਚ ਮੱਝ ਦਾ ਕੱਟਾ ਮਰ ਜਾਂਦਾ ਨਹੀਂ ਤੇ ਕੱਟਾ ਮਰ ਜਾਂਦਾ ਸੀ ਤੇ ਲੋਕ ਕੀ ਕਰਦੇ ਸੀ ਵੀ ਕੱਟੇ ਦੀ ਖਾਲ ਲਾ ਦਿੰਦੇ ਸੀ, ਉਹਦੀ ਤੂੜੀ ਤਾੜੀ ਭਰ ਕੇ ਜਾਂ ਕੁਛ ਭਰ ਕੇ ਤੇ ਇੱਕ ਬਣਾ ਦਿੰਦੇ ਸੀ ਉਹਦਾ ਮੂੜਾ ਜਿਹਾ, ਉਹ ਮੁੱਦਾ ਬਣਾ ਕੇ ਮੱਝ ਦੇ ਕੁਝ ਟੋਣੀ ਹੁੰਦੀ ਸੀ ਤੇ ਉਹਦੇ ਥੱਲੇ ਜਾ ਕੇ ਕੱਟੇ ਦੇ ਜਿਹੜਾ ਥਲ ਮੂੰਹ ਲਾ ਦਿੰਦੇ ਸੀ ਤੇ ਉਹ ਬਸ ਮੱਝ ਪਸੰਦੀ ਤੇ ਮੱਝ ਹੋ ਲੈਂਦੇ। ਕੀ ਗੱਲ, ਜਦੋਂ ਤੁਸੀਂ ਮੋਰਚਾ ਖਤਮ ਕੀਤਾ ਤੁਸੀਂ ਮੂਹਰੇ ਸੀ ਉਦੋਂ, ਅੱਜ ਤੁਸੀਂ ਦੋਸ਼ ਚਾਉਂਦੇ ਹੋ ਵੀ ਬਾਕਾਇਦਾ ਤੌਰ ਤੇ ਜਿਹੜੇ ਸਾਡੇ ਦੋ ਮੰਤਰੀ ਤੇ ਤਿੰਨ ਵਿਧਾਇਕ ਦੋਸ਼ੀ ਨੇ ਜਿਹਨਾਂ ਥੱਲੇ ਦਾ ਵਾਅਦਾ ਕੀਤਾ ਸੀ ਵਾਅਦਾ ਪੂਰਾ ਨਹੀਂ ਕੀਤਾ, ਤੁਸੀਂ ਉਹ ਮੂਹਰੇ ਵਾਲੀ ਗੱਲ ਕਿਉਂ ਕਰਦੇ? ਤੁਸੀਂ ਦੋਸ਼ੀ ਹੋ, ਤੁਹਾਡੇ ਖਿਲਾਫ਼ ਕਾਰਵਾਈ ਵੀ ਲਾਉਣੀ ਚਾਹੀਦੀ, ਉਹਦੇ ਖਿਲਾਫ਼ ਵਾਧੂ ਇੱਕ ਬਸ ਕੀਤੀ ਕੀਤੀ ਜਾ ਰਹੀ ਕੀਤੀ ਜਾ ਜੀ 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 ਕਈ ਦੀ ਗੱਲ ਤੇ ਤੁਹਾਡਾ ਦਾਵਾ ਅਗਲੇ ਜਿਹੜੇ ਉਹ ਡਿਸਮਿਸ ਕਰ ਚੁੱਕੇ ਨੇ ਜੀ, ਤੁਹਾਡੇ ਦੋ ਸਾਥੀ ਛੱਡ ਕੇ ਫਰਾਰ ਹੋ ਗਏ, ਤੁਸੀਂ ਇਕੱਲੇ ਰਹਿ ਗਏ। ਜਦੋਂ ਮੋਰਚਾ ਤੁਸੀਂ ਬਰਗਾੜੀ ਵਾਲਾ ਖਤਮ ਕੀਤਾ ਤੇ ਬਕਾਇਦਾ ਤੌਰ ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ਤੇ ਬਿਆਨ ਛਾਪਿਆ ਗਿਆ ਅਖਬਾਰਾਂ ਦੇ ਵਿੱਚ, ਭਾਈ ਭਾਈ ਮੰਡ ਦੀਆਂ ਸਭਾਵਾਂ ਖਤਮ ਕੀਤੀਆਂ ਜਾਂਦੀਆਂ ਨੇ, ਇਹਨਾਂ ਦੀ ਜਗ੍ਹਾ ਤੇ 5 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਭਾਈ ਹਵਾਰਾ ਦੀ ਗੈਰ ਹਾਜ਼ਰੀ ਚ ਕੰਮ ਕਰੇ। ਅਫਸੋਸ ਹੁੰਦਾ ਚਾਵਲਾ ਸਾਹਿਬ,
ਸ਼੍ਰੋਮਣੀ ਕਮੇਟੀ ਦਾ ਨਾਮਜ਼ਦ ਜਥੇਦਾਰ ਜਿਹੜਾ ਵਾ ਉਹ ਅਕਾਲ ਤਖ਼ਤ ਦੇ ਅੰਦਰ ਸੰਦੇਸ਼ ਪੜ੍ਹ ਲਿਆ ਹੁੰਦਾ, ਮਾਂਡ ਸਾਹਿਬ ਅਕਾਲ ਤਖ਼ਤ ਦੇ ਬਾਹਰ ਖਲੋ ਕੇ 5 ਮਿੰਟ ਧੱਕੇ ਮੁੱਕੀ ਵਿੱਚ, ਤੇ ਜਿਹੜੀ 5 ਮਿੰਟ ਕਮੇਟੀ ਉਹਨਾਂ ਦਾ ਇੱਕ ਨੁਮਾਇੰਦਾ ਝੰਡੇ ਬੁੰਗਿਆਂ ਕੋਲ ਸੰਦੇਸ਼ ਪੜ੍ਹ ਲਿਆਉਂਦਾ, ਕੀ ਪਖੰਡ ਬਣਾਇਆ ਤੁਸੀਂ, ਕੀ ਕੌਮ ਦਾ ਜਲੂਸ ਕੱਢਣਾ ਰਲ ਮਿਲ ਕੇ ਸਾਰੇ ਤੁਸੀਂ। ਇਸ ਕਰਕੇ ਮਾਂਡ ਸਾਹਿਬ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਚੁੱਪ ਕਰਕੇ ਤੁਸੀਂ ਆਪਣਾ ਸਭ ਕੁਛ ਸਿਲੰਡਰ ਕੱਢ ਜਿੱਦਾਂ ਬਾਕੀ ਜਿਹੜਾ ਕੀਤਾ ਵਾ, ਤੇ ਫਿਰ ਜੰਗ ਲੜੋ, ਲੋਕਾਂ ਨੂੰ ਇਕੱਠੇ ਕਰਕੇ ਜੰਗ ਲੜੋ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣਾ। ਬਟੀ ਸਾਹਿਬ ਉਸ ਪਾਸੇ ਮੈਂ ਕਹਿੰਦਾ ਕਿ ਮਹੰਤ ਨਰੈਣੂ ਦੀ ਰੂਹ ਰੋਂਦੀ ਆ, ਤੇ ਅੱਜ ਸਾਡੇ ਇੱਥੇ 11 ਤੇ 11 ਅਗਸਤ ਤੇ 1740 ਨੂੰ ਮੱਸੇ ਰੰਗੜ ਨੂੰ ਸੋਧਿਆ ਸੀ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੂੰ। ਮੱਸਾ ਰੰਗੜ ਵੀ ਰੋਂਦਾ ਹੋਣਾ, ਉਹ ਵੀ ਕਰਲਾਉਂਦਾ ਹੋਣਾ, ਉਹ ਤੇ ਮੰਦਰ ਨਰੈਣੂ ਤੇ ਵਿਚਾਰਾ ਡੁਸਕੀਆਂ ਹੀ ਭਰਦਾ ਹੋਣਾ ਕਿ ਮੇਰਾ ਤੇ ਚਲੋ ਮੈਂ ਤੇ ਫਿਰ ਵੀ ਕੁਝ ਕੀਤਾ ਸੀ, ਮਾਰੇ ਮੁਰੇ ਇਹਨਾਂ ਦੇ ਸਾੜੇ ਸੁੜੇ ਜੰਡਾਂ ਬੰਨ ਕੇ। ਤੇ ਉਹ ਕਹਿੰਦਾ ਨਾ ਮੈਂ ਤੇ ਕੰਜਰੀਆਂ ਨਹੀਂ ਜਾਈਆਂ ਸੀ, ਦਾਰੂ ਦੂਰੂ ਪੀਤੀ ਸੀ, ਤੇ ਮੇਰਾ ਤਾਂ ਗਾਟਾ ਹੀ ਲਾਹ ਦਿੱਤਾ ਇਹਨਾਂ ਨੇ। ਤੇ ਨਰੈਣੂ ਤੇ ਉੱਦਾਂ ਤੁਰਿਆ ਫਿਰਦਾ ਰਿਹਾ, ਆਜ਼ਾਦੀ ਤੋਂ ਬਾਅਦ ਵੀ ਤੁਰਿਆ ਫਿਰਦਾ ਰਿਹਾ, ਉਹਨੂੰ ਤੇ ਥਾਪੜਾ ਸੀ ਨਾ ਵੱਡਿਆਂ ਦਾ, ਅੰਗਰੇਜ਼ਾਂ ਦਾ ਵੀ ਤੇ ਉਦੋਂ ਬਾਅਦ ਦੂਜਿਆਂ ਦਾ ਵੀ। ਮਰਿਆ ਆਪਣੀ ਮੌਤ, ਉਹਨੂੰ ਕਿਸੇ ਨੇ ਨਹੀਂ ਮਾਰਿਆ। ਉਹ ਡੁਸਕੀਆਂ ਲੈਂਦਾ ਹੋਣਾ ਤੇ ਜ਼ਕਰੀਆ ਖਾਨ ਜ਼ਕਰੀਆ ਖਾਨ ਦਾ ਜਿਹੜਾ ਪੈਂਦਾ ਹੈ ਮੱਸਾ ਰੰਗੜ ਭੁੱਬੀ ਰੋਂਦਾ ਨਾ, ਮੇਰਾ ਇੱਕ ਕਸੂਰ ਸੀਗਾ, ਗਾਟਾ ਲਾਹ ਮਾਰਿਆ। ਸਿੱਖੀ ਅਸੂਲਾਂ ਦਾ ਇੰਨਾ ਘਾਣ ਅੱਜ ਦੇ ਦੌਰ ਦੇ ਵਿੱਚ ਹੋ ਰਿਹਾ, ਇੰਨਾ ਸੱਤਿਆਨਾਸ ਕਰ ਰਹੇ ਨੇ ਸੋ ਕਾਲਡ ਸਾਡੇ ਕੌਮ ਦੇ ਆਗੂ। ਮੈਂ ਸਮਝਦਾ ਕਿ ਜਦੋਂ ਨਵਾਬ ਕਪੂਰ ਸਿੰਘ ਨੂੰ ਮਿਲੀ ਹੈ ਨਵਾਬੀ, ਉਹਨੇ ਠੋਕਰ ਮਾਰ ਦਿੱਤੀ ਜ਼ਕਰੀਆ ਖਾਨ ਨੇ, ਉਸੇ ਜ਼ਕਰੀਆ ਖਾਨ ਦੀ ਆਪਾਂ ਗੱਲ ਕਰਦੇ, ਉਹਦੇ ਦੌਰ ਦੀ ਗੱਲ ਕਰਦੇ ਹਾਂ, ਉਹਨੇ ਦੁੱਧ 'ਚ ਕਾਂਜੀ ਪਾਈ ਵੀ ਇਹ ਤਾਂ ਯਾਰ ਸਮਰਪਿਤ ਹੀ ਆਪਣੇ ਗੁਰੂ ਨੂੰ, ਇਹਨਾਂ ਨੂੰ ਪਾੜੋ, ਇਹਨਾਂ ਨੂੰ ਤੋੜੋ, ਕਿਸੇ ਤਰੀਕੇ ਨਾਲ ਇਹਨਾਂ ਦੇ ਵਿੱਚ ਆਗੂ ਬਣਾਓ, ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਕਰੀਆ ਖਾਨ ਖੁਦ ਕਿਵੇਂ ਬਣਿਆ ਨਾ ਆਗੂ, ਉਹਨੇ ਕਿਵੇਂ ਵੱਡ ਵਡਾਂਗਾ ਕੀਤਾ, ਕਿਵੇਂ ਉਹਨੂੰ ਆਪਣਿਆਂ ਨੂੰ ਜਿਹੜੇ ਦੁਸ਼ਮਣ ਸੀ ਸਾਈਡਾਂ ਦੇ ਕਰਨੇ ਪਏ। ਸੋ ਕਹਿਣ ਤੋਂ ਮੇਰਾ ਭਾਵ ਕਿ ਨਵਾਬ ਕਪੂਰ ਸਿੰਘ ਹੁਣਾਂ ਤੋਂ ਬਾਅਦ ਜਿਵੇਂ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਦੀਆਂ ਰੂਹਾਂ 'ਤੇ ਉੱਦਾਂ ਹੀ ਕਰਲਾਉਂਦੀਆਂ ਹੋਣ ਗਿਆ ਵੀ ਆਹ ਠੋਕਰੀਆਂ ਮਾਰ, ਅੱਜ ਕੱਲ੍ਹ ਠੋਕਰੀਆਂ ਮਾਰੀਆਂ ਸੀ ਨਵਾਬੀਆਂ ਨੇ, ਅਤੇ ਆਹ ਨਵਾਬੀਆਂ ਦੀ ਖਾਤਰ ਨਤਮਸਤਕ ਇਹੋ ਜੁੱਤੀਆਂ ਝਾੜਦੇ ਫਿਰਦੇ, ਚੁੱਕਦੇ ਫਿਰਦੇ, ਚੱਟਦੇ ਫਿਰਦੇ ਤਲਵੇ। ਮੈਂ ਇਹਨਾਂ ਦੀ ਨਹੀਂ ਗੱਲ ਕਰ ਰਿਹਾ, ਇਹ ਸਮਰਪਿਤ ਵੀ ਹੋ ਸਕਦੇ ਨੇ, ਮੈਂ ਧਿਆਨ ਸਿੰਘ ਮਾਂਡਵਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਸੋ ਕਾਲਡ ਆਲੇ ਦੁਆਲੇ ਜੋ ਕਿ ਤੁਸੀਂ ਗੱਲ ਕਰ ਰਹੇ ਮੈਂ ਉਹਦੀ ਗੱਲ ਕਰ ਰਿਹਾ। ਜੇ ਆਪਾਂ ਅੱਜ ਦੇ ਦੌਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਆਦੇਸ਼ ਸੰਦੇਸ਼ ਪੜ੍ਹੀਏ ਤਾਂ 2-3 ਮੋਟੀਆਂ ਕਿਤਾਬਾਂ ਨੇ ਪੜ੍ਹ ਕੇ ਮਤਲਬ ਸ਼ਰਮ ਆਉਂਦੀ ਹੈ ਕਿ ਆਪਸ ਵਿੱਚ ਯੂਟਰਨ ਮਾਰੀ ਗਏ, ਅਕਾਲ ਦਾ ਹੋਵੇ ਹੁਕਮ ਅਤੇ ਕਦੇ ਯੂਟਰਨ ਵੱਜਦੀ ਆ, ਅਕਾਲ ਆਪਣੇ ਕਦੇ ਹੁਕਮ 'ਤੇ ਯੂਟਰਨ ਮਾਰਦਾ। ਭਾਈ ਰਣਜੀਤ ਸਿੰਘ ਹੁਣਾਂ ਨੂੰ ਜਦੋਂ ਬਰਖਾਸਤ ਕੀਤਾ ਗਿਆ ਉਦੋਂ ਬਾਅਦ ਉਹ ਭਾਈ ਰਣਜੀਤ ਸਿੰਘ ਹੁਣੀ ਵੀ ਕਲੇਮ ਕਰਦੇ ਰਹੇ ਕਿ ਮੈਂ ਤਾਂ ਤਖ਼ਤ ਦਾ ਜਹੇਦਾਰ ਹਾਂ ਜੀ, ਉਹ ਅਜੇ ਵੀ ਬਹੁਤ ਸਾਰੇ ਘੱਟ ਲੋਕ ਉਹਨਾਂ ਨੂੰ ਸਾਬਕਾ ਜਹੇਦਾਰ ਕਹਿੰਦੇ ਨੇ ਅਤੇ ਜਹੇਦਾਰ ਹੀ ਕਹਿੰਦੇ ਨੇ, ਸਮਝ ਲੱਗੀ ਨਾ ਮੇਰੀ ਗੱਲ। ਤਿੰਨ ਜਹੇਦਾਰ ਅੱਜ ਜੇ ਮੈਂ ਵੇਖਾਂ ਤਾਂ ਅਕਾਲ ਤਖ਼ਤ ਸਾਹਿਬ ਦੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ, ਭਾਈ ਧਿਆਨ ਸਿੰਘ ਮੰਡ ਹੁਣੀ ਚਲੋ ਜੋ ਵੀ ਜਿਸ ਤਰੀਕੇ ਦੇ ਨਾਲ ਨੇ, ਭਾਈ ਰਣਜੀਤ ਸਿੰਘ ਜੇ ਤਾਂ ਉਹ ਸਮਰਪਿਤ ਕਰ ਚੁੱਕੇ ਨੇ ਤਾਂ ਦੈਟਸ ਅ ਡਿਫਰੈਂਟ ਸਟੋਰੀ, ਅਤੇ ਕਾਰਜਕਾਰਨੀ ਅਜੇ ਤੱਕ ਸਾਡੇ ਕੋਲ ਕਾਰਜਕਾਰਨੀ ਜਥੇਦਾਰ ਆ, ਕਿੰਨੇ ਸਾਲ ਹੋ ਗਏ, ਕਿੰਨੇ ਵਰੇ ਹੋ ਗਏ, ਸਾਡੇ ਲਈ ਤਾਂ ਸ਼ਰਮ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ, ਵਿਖਰੀ ਹੋਈ ਕੌਮ ਵਾਸਤੇ ਹੈ ਨਾ, ਹਾਸੋਹੀਣੀ ਕੌਮ ਹੈ ਨਾ, ਹੈ ਨਾ, ਇਹਨੂੰ ਮੈਨੂੰ ਕਹਿੰਦੇ ਕਿ ਆ ਮਾਂ ਮਿੱਟਰ ਕੌਮ, ਅਜੇ ਤੱਕ ਤੁਹਾਡੇ ਕੋਲ ਕਾਰਜਕਾਰਨੀ ਜਥੇਦਾਰ ਹੀ ਆ, ਜਥੇਦਾਰ ਨਹੀਂ ਤੁਸੀਂ ਕੌਮ ਥਾਪ ਸਕੀ, ਜਿਹਦਾ ਤੁਸੀਂ ਇੱਕ ਮੁੱਠ ਹੋ ਕੇ ਸਾਰਾ ਏਕਾ ਕਰਕੇ ਅਤੇ ਤੁਸੀਂ ਇੱਕ ਜਥੇਦਾਰ ਥਾਪ ਦਿਓ ਜਿਹਦਾ ਕੋਈ ਸਾਰੀ ਕੌਮ ਆਗਿਆ ਤਾਂ ਮੰਨੇ, ਉਹ ਕਹਿੰਦੇ ਜੇ ਕਾਰਜਕਾਰਨੀ ਆ ਇਹ ਉਹਨਾਂ ਦਾ ਵਾ, ਇਹ ਉਹਨਾਂ ਦਾ ਵਾ, ਉਹਨਾਂ ਦਾ ਵਾ, ਉਹਨਾਂ ਦਾ ਵਾ, ਹੋਰ ਕਿੰਨਾ ਕੁ ਨੁਕਸਾਨ ਕਰਨਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਸਿੱਖੀ ਦੇ ਭੇਸ ਵਿੱਚ ਜਿਹੜੇ ਅੱਜ ਦੇ ਰੰਗੜ ਨੇ ਉਹ ਜਿਹੜਾ ਉਸ ਵਕਤ ਦਾ ਰੰਗੜ ਆ ਉਹਨਾਂ ਦਾ ਮੁਕਾਬਲਾ ਕਰਕੇ ਵੇਖੋ, ਕਿਤੇ ਤੁਸ਼ ਬਰਾਬਰ ਵੀ ਨਹੀਂ ਆ। ਬਾਕੀ ਅੱਗੇ ਤੁਸੀਂ ਸਿਆਣੇ ਹੋ, ਕੰਟੀਨਿਊ ਕਰ ਲਓ ਆਪਣੀ ਗੱਲ ਨੂੰ। ਜਵਲਾ ਸਾਹਿਬ ਜਿਹੜੀ ਗੱਲ ਤੁਸੀਂ ਕਾਰਜਕਾਰੀ ਦੀ ਗੱਲ ਕੀਤੀ ਹੈ, ਕਾਰਜਕਾਰੀ ਹੋਵੇ ਜਾਂ ਪੱਕਾ ਜਥੇਦਾਰ ਹੋਵੇ ਉਹਦੀਆਂ ਸ਼ਕਤੀਆਂ ਦੇ ਵਿੱਚ ਉਹਦੇ ਅਧਿਕਾਰਾਂ 'ਚ ਕੋਈ ਫਰਕ ਨਹੀਂ। ਦੂਸਰੀ ਚੀਜ਼,
ਜਿਹੜਾ ਜਥੇ ਦਾ ਪੱਕਾ ਵੀ ਹੋਵੇ ਤੇ ਉਹ ਵੀ ਤਨਖਾਹਦਾਰ ਮੁਲਾਜ਼ਮ ਮਹੀਨੇ ਬਾਅਦ ਉਹ ਸੇਵਾ ਫਲ ਲੈਂਦਾ ਵਾ ਉਹਨੂੰ ਵੀ ਅਗਲੇ ਦਿਨ ਕਹਿੰਦੇ ਸੀ ਕਿ ਤੂੰ ਕਾਰਜਕਾਰੀ ਹੋ ਜਾਏ ਪੱਕਾ ਉਹ ਕਹਿੰਦੇ ਕੱਲ ਨੀ ਆਉਣਾ ਬਾਈ ਤੇਰੀ ਅੱਜ ਤੂੰ ਦਿਲੀ ਉਹ ਛੁੱਟੀ ਕਰ ਦਿੱਤੀ ਗਈ ਇਸੇ ਗੱਲ ਨੂੰ ਲੈ ਕੇ ਵਿਦਾਂਤੀ ਸਾਹਿਬ ਦੇ ਸਨ 2000 ਦੇ ਵਿੱਚ ਇੱਕ ਪੱਤਰ ਲਿਖਿਆ ਸੀ ਐਸ ਜੀ ਪੀ ਸੀ ਨੂੰ ਕਿ ਜਥੇਦਾਰ ਅਕਾਲ ਤਖ਼ਤ ਦੀ ਨਿਯੁਕਤੀ ਸੇਵਾ ਮੁਕਤੀ ਸੇਵਾ ਫਲ ਉਹਦਾ ਅਧਿਕਾਰ ਉਹਦੀ ਤਨਿਓ ਇਹ ਸਾਰੀ ਇੱਕ ਸੰਵਿਧਾਨ ਬਣਾਇਆ ਜਾਂਦਾ ਅੱਜ 21 ਸਾਲ ਹੋ ਗਏ ਆ ਸ਼੍ਰੋਮਣੀ ਕਮੇਟੀ ਦੇ ਕੰਮ ਤੇ ਜੂ ਨਹੀਂ ਸਕਦੀ ਮੈਂ ਮੱਕੜ ਸਾਹਿਬ ਨੂੰ ਇਤਰੀ ਕਹਿ ਬੈਠਾ ਵੀ ਮੱਕੜ ਸਾਹਿਬ ਵੇਖੋ ਅਕਾਲ ਤਖ਼ਤ ਦਾ ਸਕੱਤਰੇਤ ਵੱਖਰਾ ਹੋਣਾ ਚਾਹੀਦਾ ਉਹਦਾ ਸਟਾਫ ਵੱਖਰਾ ਹੋਵੇ ਐਸ ਜੀ ਪੀ ਸੀ ਦੀ ਕੋਈ ਦਖਲਦਾਰੀ ਨਾ ਹੋਵੇ ਐਸ ਜੀ ਪੀ ਸੀ 10 ਕਰੋੜ ਰੁਪਇਆ ਸਾਲ ਦਾ ਉਹਨਾਂ ਨੂੰ ਦੇਵੇ ਵੀ ਜਥੇਦਾਰ ਕਿਸੇ ਜਗ੍ਹਾ ਤੇ ਗਿਆ ਜੇ ਪਿੰਡ ਦੀ ਸਮਰੱਥਾ ਗੁਰਦੁਆਰਾ ਠੀਕ ਕਰਾਉਣ ਦੀ ਨਹੀਂ ਤੇ ਉਹ ਆਪਣੇ ਫੰਡਾਂ ਚ ਉੱਥੇ ਗ੍ਰਾਂਟ ਦੇ ਕੇ ਗੁਰਦੁਆਰੇ ਮੁਰੰਮਤ ਕਰਾ ਅੱਗੋਂ ਜਵਾਬ ਕੀ ਮਿਲਿਆ ਸੀ ਜਵਾਬ ਵੀ ਮਿਲਿਆ ਸੀ ਤੇਰਾ ਮਤਲਬ ਇਹ ਹੈ ਜਿਹੜੇ ਜਿਹਦਰ ਸਾਡੇ ਮਾੜੇ ਮੋਟੇ ਅੱਖ ਲੱਗਦੇ ਉਹ ਵੀ ਜਾਂਦੇ ਕੀ ਨਾਲ ਲੈ ਗਿਆ ਉਹ ਕੀ ਨਾਲ ਨਾਲ ਕੀ ਲੈ ਗਿਆ ਹੁਣ ਜੇ ਅੱਜ ਮੱਕੜ ਦੀ ਗੱਲ ਹੁੰਦੀ ਹੈ ਤੇ ਕੀ ਨਾਲ ਲੈ ਗਿਆ ਪਹਿਲੀ ਗੱਲ ਤਾਂ ਮੈਂ ਬਰਗਾੜੀ ਜੋ ਆਪ ਗਿਆ ਸੀ 2018 ਜਨਵਰੀ ਫਰਵਰੀ ਸੀ ਮੇਰੇ ਖਿਆਲ ਇਹ ਮਾਨ ਸਾਹਿਬ ਬੈਠੇ ਟੈਂਟ ਦੇ ਅੰਦਰ ਗੁਰੂ ਕਾ ਲੰਗਰ ਛਕ ਰਹੇ ਥਾਲੀ ਦੇ ਵਿੱਚ ਬਾਹਰ ਦੋ ਬਾਡੀਗਾਰਡ ਸੀ ਲੇਕਿਨ ਉਹ ਪ੍ਰਾਈਵੇਟ ਸੀ ਇਹਦੇ ਉਹਨਾਂ ਦੀ ਉਮਰ ਤੋਂ ਪਤਾ ਲੱਗਦਾ ਸੀ ਪੁਲਿਸ ਵਾਲੇ ਨਹੀਂ ਸੀਗੇ ਜਦਕਿ ਗੁਰੂ ਕਾ ਲੰਗਰ ਸਿਰਫ 25 ਗਜ਼ ਦੇ ਉੱਤੇ ਸੀ ਉਸ ਲੰਗਰ ਵਿੱਚ ਅਕਬਰ ਬਾਦਸ਼ਾਹ ਨੇ ਆ ਕੇ ਲੰਗਰ ਛਕਿਆ ਇਹ ਟੈਂਟ ਚ ਬੈਠੇ ਲੰਗਰ ਛਕ ਰਹੇ ਮੈਂ ਕਾਫੀ ਦੇਰ ਵੇਟ ਕਰਕੇ ਅੰਦਰ ਜਾ ਕੇ ਇਹਨਾਂ ਨੂੰ ਮਿਲਿਆ ਜਿਹੜੇ ਦਾਦੂ ਵਾਲਾ ਸਾਹਿਬ ਸੀ ਉਹ ਪੰਡਾਲ ਚ ਵੈਸੇ ਦੂਸਰੀ ਗੱਲ ਉਦੋਂ ਅਸੀਂ ਇਹ ਬਿਲਕੁਲ ਹੀ ਨਹੀਂ ਸੁਣਿਆ ਸੀ ਵੀ ਸਰਕਾਰ ਨੇ ਚੁਕਵਾਇਆ ਹੈਗਾ ਉਹਦਾ ਤਾਂ ਇਹਨਾਂ ਦਾ ਆਪਸ ਵਿੱਚ ਹੀ ਰੋਲਾ ਸੀ ਦੋਨਾਂ ਦਾ ਤੁਸੀਂ ਇਹਦੇ ਬਾਰੇ ਦੱਸ ਸਕਦੇ ਕਿ ਗੌਰਮੈਂਟ ਨੇ ਕਿਹੜਾ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਵੀ ਤੁਸੀਂ ਚੱਕ ਲਓ ਹੁਣ ਕਹਿ ਰਹੇ ਹੈ ਗੌਰਮੈਂਟ ਨੂੰ ਗੁਨਾਹਗਾਰ ਦੱਸ ਰਹੇ ਚਾਰ ਪੰਜ ਨੂੰ ਹੈ ਇਹਦੇ ਬਾਰੇ ਦੱਸੋਗੇ ਜੀ ਮਿਹਰਬਾਨੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਜੀ ਤੇ ਪੰਜਾਬੀ ਚ ਕਹਾਂ ਸਰਕਾਰ ਨੇ ਲਵਾਈ ਤੇ ਸਰਕਾਰ ਨੇ ਤੇ ਕਰਤਾ ਕੋਈ ਹੱਥ ਤੱਕ ਨਹੀਂ ਹੋਗੀ ਆ ਹੁਣ ਭਾਈ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੱਟ ਸੱਦਿਆ ਸੀ ਹੁਣ ਕਿੱਥੇ ਗਿਆ ਹੈ ਕੋਈ ਬਿਲਕੁਲ ਬਿਲਕੁਲ ਕੱਟ ਸੱਦਿਆ ਸੀ ਕਿੰਨੇ ਲੋਕ ਆਏ ਸੀ ਉੱਥੇ ਅੱਜ ਸ਼ਹਿ ਹੁੰਦੀ ਹਾਂ ਤੇ ਅੱਜ ਉੱਥੇ ਹਜ਼ਾਰਾਂ ਲੱਖਾਂ ਆ ਜਾਣੇ ਸੀ ਮਾਨ ਸਾਹਿਬ ਨੇ ਇੱਥੋਂ ਤੱਕ ਕਿਹਾ ਅਗਲੀ ਗੱਲ ਮਤਲਬ ਜੋੜਦੇ ਆ ਜੀ ਤੁਸੀਂ ਮਾਨ ਸਾਹਿਬ ਨਾਂ ਲਿਆ ਵਾ ਉਹਨਾਂ ਕਿਹਾ ਵੀ ਸਾਨੂੰ 5 ਸਿੰਘਾਂ ਨੂੰ ਇਜਾਜ਼ਤ ਦੇਵੇ ਸਰਕਾਰ ਅਫਗਾਨਿਸਤਾਨ ਜਾਣ ਦੀ ਅਸੀਂ ਅਫਗਾਨਿਸਤਾਨ ਜਾ ਕੇ ਤਾਲਿਬਾਨ ਮਸਲਾ ਆਪਣਾ ਆਪ ਹੱਲ ਕਰਨਾ ਠੀਕ ਹੈ ਜੀ ਹੁਣ ਤੁਹਾਨੂੰ ਇਹ ਵੀ ਦੱਸਿਆ ਜਿਹੜੇ ਗੁਰਦੁਆਰੇ ਨਿਸ਼ਾਨ ਸਿੰਘ ਲਾਇਆ ਗਿਆ ਸੀ ਉਹ ਤਾਲਿਬਾਨ ਨੇ ਫਿਰ ਲਾ ਦਿੱਤਾ ਲਾਇਆ ਕਿਉਂ ਉਹ ਕਹਿੰਦੇ ਸੀ ਲਾਇਆ ਹੀ ਨੀ ਇਹ ਤੇ ISIS ਵਾਲਿਆਂ ਲਾਇਆ ਸੀਗਾ ਤੇ ਅਸੀਂ ਲਾਤਾ ਤੁਹਾਨੂੰ ਪਤਾ ਹੋਏਗਾ ਕਤਰ ਦੇ ਵਿੱਚ ਜਦੋਂ ਤਾਲਿਬਾਨ ਨਾਲ ਮੀਟਿੰਗ ਹੁੰਦੀ ਸੀ ਉਹਦੇ ਵਿੱਚ ਜਿਹੜੇ ਸਾਡੇ ਅਮਰੀਕਾ ਦੇ ਜਿਹੜੇ ਸੀ ਅਧਿਕਾਰੀ ਉਹ ਵੀ ਬੈਠੇ ਸੀ ਪਾਕਿਸਤਾਨ ਦੇ ਵੀ ਬੈਠੇ ਸੀ ਸਾਊਦੀ ਅਰਬ ਦੇ ਬੈਠੇ ਸੀ ਸਾਡੇ ਹਾਈ ਕਮਿਸ਼ਨ ਵੀ ਬੈਠੇ ਜੋ ਸਮਝੌਤਾ ਹੋ ਰਿਹਾ ਸੀ ਆਪਸ ਸਾਡੇ ਹਾਈ ਕਮਿਸ਼ਨ ਨੇ ਕਿਹਾ ਸੀ ਵੀ ਸਾਡਾ ਕੀ ਰੋਲ ਹੋਊਗਾ ਅਸੀਂ 300 ਅਰਬ ਰੁਪਇਆ ਖਰਚ ਕਰਕੇ ਉੱਥੇ ਤੁਹਾਡੀ ਜਿਹੜੀ ਸੇਵਾ ਕਰ ਚੁੱਕੇ ਤਾਲਿਬਾਨ ਨੇ ਕਿਹਾ ਸੀ ਤੁਸੀਂ ਆਪਣਾ ਸ਼ਾਂਤੀ ਨਾਲ ਕੰਮ ਕਰੋ ਤੁਹਾਨੂੰ ਕੋਈ ਕੁਛ ਨਹੀਂ ਇੱਕ ਵੱਡਾ ਡੈਮ ਬਣਾ ਕੇ ਦਿੱਤਾ ਸੜਕਾਂ ਬਣਾ ਕੇ ਦਿੱਤੀਆਂ ਮੇਰੀ ਆਪਣੀ ਅੱਖਣ ਦੀ ਮੈਂ ਆਪ ਇੱਥੋਂ ਆਪ ਉੱਥੋਂ ਰਵਾਨਾ ਕਰਕੇ ਆਇਆ ਸੀ ਬਾਰਡਰ ਤੋਂ 75 ਬੱਸਾਂ ਭੇਜੀਆਂ ਸੀ ਉੱਥੇ ਉਹਨਾਂ ਦੇ ਡਰਾਈਵਰ ਲੈਣ ਵਾਸਤੇ ਆਏ ਫਿਰ ਉੱਥੇ ਇਹਨਾਂ ਨੇ ਸੰਸਦ ਬਣਾ ਕੇ ਦਿੱਤੀ ਹੁਣ ਜਿਹੜੇ ਪੈਸੇ ਰਿਕਵਰ ਤੇ ਕਰਨੇ ਨੇ ਜਿਸ ਤਰੀਕੇ ਦੇ ਤੇ ਤਾਲਿਬਾਨ ਨੇ ਇੰਨੀ ਗੱਲ ਕਹੀ ਸੀ ਤੁਸੀਂ ਆਪਣਾ ਕਰੋ ਤੁਹਾਨੂੰ ਕੋਈ ਕੁਛ ਨਹੀਂ ਕਹੇਗਾ ਅਸੀਂ ਐਸੀ ਸ਼ਾਂਤਮਈ ਤਰੀਕੇ ਨਾਲ ਸਰਕਾਰ ਚਲਾਵਾਂਗੇ ਸਾਡਾ ਇਹੋ ਜਿਹੇ ਲੜੇ ਝਗੜੇ ਦਾ ਕੋਈ ਕੰਮ ਵਾਜਪਾਈ ਸਾਹਿਬ ਦੀ ਸਰਕਾਰ ਸੀ ਉਸ ਵੇਲੇ ਜੀ 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 ਹੁਣ ਤੁਸੀਂ ਇਹ ਵੇਖੋ ਜੇ ਕਿਤੇ ਹੁਣ ਇੰਨੀ ਗੱਲ ਹੋ ਗਈ ਤਾਲਿਬਾਨ ਨੇ ਉਹ ਫਿਰ ਲਾ ਦਿੱਤਾ ਗਿਆ ਵਾ ਸਿੱਖਾਂ ਚ ਇੰਨੀ ਹਿੰਮਤ ਨਹੀਂ
बिलकुल चलो खालिस्तान नहीं बनता या बनाना गल वखरी है ते तुहानू इह वी दस देना भी खालसे दे झंडे उसे अफगानिस्तान दे विच खैबर दरिया दे विच तुहानू पता ही है ना कि उस जरनैल दी लोथ पई रही सी ते अगे नहीं ही वधे इन्हां नू सुथना भी खालसे ने पाईया खालसे ने पाईया हरी सिंह नलवे नू अजे भी कहिंदे हरिया रांगले क्योंकि उस वक्त सख्ता सख्ते नू मारे सी इन्ना मतलब भी ओ जालम सी ते जालम नू जालम होके बनना मिलना पैंदा सीगा इह कई लिखदे ने कि हरी सिंह नलवा इन्ना ओ सीगा नहीं इदां नहीं हरी सिंह नलवे दा दहशत यह सी भी जे वो दहशत गर्द आते तो उन्होंने सवा सिर क्यों मिलता गल आ उल्टी कर लो गिलास इधर इधर कर लो सुथना पा के तोरिया सी ये वो ने अजे भी सुथना पा के रखते सरदार सिमरजीत सिंह मान ने किस तर्क च किया किवें किया वो उन्हों की विशा पर उत्थे बनना ज नहीं बनना लोग तो यह भी कहें अमेरिका कनेडा च बना लो तो मंग करने वाले उत्थे भी करते हैं उन्होंने मुबारक है जिथे वह गलत ने गलतियां करते हैं त्रुटियां कढ़ांगे भाई ध्यान सिंह मंड पेश नहीं हुए विधायक उन्होंने अगे उन्होंने 17 अगस्त को पंथक घट बुलाया पंथक घट कि वड्डा हुंदा है कौन पहुँचता कौन नहीं पहुँचता ये फैसला उतों के लोगों ने लेना 9448 वेलकम जी जी चावला जी जी हाँ जी सर पट्टी साहब सत श्रीकाल जी सत श्रीकाल जी पट्टी साहब एक तो है ना जिहड़ा तुसी हुणे सर खबर दे के हटे ना कि वह मीटिंग दी तालिबाना दी पाकिस्तान दी सऊदी दी कतर च जिहड़ी इहनां दी मीटिंग होई सी भी जे तां तुसी किसी होर सर मीटिंग दी गल करदे आ तां फिर तां हो सर मतलब कि तुहाडी गल ठीक हां ने खर्चा उत्ते कीता होगा अफगानिस्तान दे विच कब्जा कर लिया उन्होंने अज हां मैं उही सर कहण लगा मैं उही दसण लगा सी जिहड़ा खर्चा कीता वो हो सकदा क्योंकि हर कंट्री मतलब कि किसी अगर किसी कंट्री जाके खर्चा कर दी तो उसके अपने इंटरेस्ट होंगे उसका यह नहीं मतलब कि जी किसी को हेल्प कर वह मतलब कि उसके अपने फ्यूचर इंटरेस्ट आ हुण चाइना ने लंका के खर्चा किया बंदरगाह बनाने के लिए क्योंकि उन्होंने अपनी लोड़ आ हाँ जी चाइना ने पाकिस्तान हाँ जी हुण चाइना पाकिस्तान च भी काफी अपने सड़क सुड़क बनाने तो मेरा ख्याल बंदरगाह का भी उन्हें क्योंकि वे अपने इंटरेस्ट है उसके थोड़ा रिक्वेस्ट करनी चाहूंगा भी जिहड़ियां कुछ जथेबंदियां ने वह मतलब कि किसानी अंदोलन के विचों किसानां लीडरां नूं गल गल दे भंडदे ने जी उत्थे सानूं झंडा नहीं लहराउण दिंदे सानूं उत्थे कोई धार्मिक गल नहीं करन दिंदे सानूं मंच दे चढ़न दिता जांदा भी उहनां नूं तुसीं सारे क्यों अपने पत्तर राहीं जां किसे लिखत राहीं सिद्धा कहो भी आह जिहड़ा कुछ तुहाडे नक्क दे थल्ले हो रिहा इत्थे तां तुसीं मूंह नहीं खोलदे ब्रदर एक जथेबंदी बनानी है 25 साल हो चले अपन 25वीं यूनिवर्सरी बनानी है आप ठीक है आप एक जथेबंदी बना लें रंगला पंजाब की सिख कौम के नाम के उ
ਤੇ ਇੱਥੇ ਰੋਜ਼ ਆਪਣੇ ਕੋਲ 4 ਘੰਟੇ ਆ, 7 ਦਿਨ 3 ਘੰਟੇ ਸੈਟਰਡੇ, 3 ਘੰਟੇ ਸੰਡੇ, 24 ਘੰਟੇ ਟੈਲੀਵਿਜ਼ਨ, ਆਪਾਂ ਜੋ ਮਰਜ਼ੀ ਬਨਵੇ ਕਾਰਵਾਈ ਕਰੀ ਚੱਲੀਏ। ਆਪਾਂ ਨੂੰ 25-30-50 ਬੰਦੇ ਚਾਹੀਦੇ ਨੇ, ਜਿਹੜਾ ਥੋੜ੍ਹਾ ਜਿਹਾ ਤੇ ਇੱਕ ਤੇ ਨਾ ਨੋ ਪ੍ਰੋਫਿਟ ਨੋ ਲੋਸ ਦੇ ਵਿੱਚ ਪਹਿਲਾਂ ਆਪਾਂ ਸਾਲ ਕੁ ਰੰਗਲਾ ਪੰਜਾਬ ਚਲਾਉਣਾ, ਠੀਕ ਹੈ? ਨੋ ਲੋਸ ਨੋ ਪ੍ਰੋਫਿਟ ਦੇ ਵਿੱਚ ਰੰਗਲਾ ਪੰਜਾਬ ਚਲਾਉਣਾ, ਉਦੋਂ ਬਾਅਦ ਸਾਡੇ ਕੋਲ ਇੰਨਾ ਕੁ ਫੰਡ ਹੋ ਜਾਣਾ ਅਰਬਾਂ ਦੇ ਵਿੱਚ, ਕਰੋੜਾਂ ਦੇ ਵਿੱਚ, ਸਿਰਫ ਚਿਹਰਾ ਹੀ ਬਦਲਣਾ। ਮੈਂ ਕਹਿੰਦਾ ਇੱਕ ਜਥੇਬੰਦੀ ਸਿੱਖੀ ਦੀ ਇੱਥੇ ਰਜਿਸਟਰ ਕਰਾ ਲਓ ਤੁਸੀਂ, ਅਤੇ ਅਸੀਂ ਰੌਲਾ ਪਾਈਏ, ਸਾਡੀ ਗੱਲ ਸੁਣਦੇ ਨਹੀਂ ਜੀ, ਅਸੀਂ ਸਿੱਖਾਂ ਦੇ ਲੰਬੜਦਾਰ, ਸਿੱਖਾਂ ਦੇ ਪਹਿਰੇਦਾਰ, ਬਸ ਭੇਸ ਬਦਲਣਾ ਅਤੇ ਆਏ ਗਏ ਲੀਡਰ ਨੂੰ ਫੋਟੋ ਖਿਚਾ ਕੇ ਅਤੇ ਪਾਉਣੀ ਹੈ ਇੱਕ ਸੋਸ਼ਲ ਨੈਟਵਰਕ ਦੇ ਉੱਤੇ, ਤੁਸੀਂ ਟੀਮ ਚਲਾਉਣੀ, ਜਿਹੜਾ ਮਰਜ਼ੀ ਕਰ ਲਓ, ਅਤੇ ਇਹ ਇਹੀ ਕੰਮ ਕਰਨ ਦੇ ਉੱਥੇ ਉਹ ਅੰਦਰੋਂ ਸਿਹਰਦ ਤੁਹਾਨੂੰ ਜਾਪਦਾ, ਜਿਹੜੇ ਤੁਸੀਂ ਇਹਨੂੰ ਸੁਝਾਅ ਦੇ ਰਹੇ ਹੋ, ਕੋਈ ਮੰਨਣ ਵਾਲਾ ਹੈਗਾ ਕੋਈ ਉੱਥੇ? ਨੋ ਵੇ। ਥੋੜੇ ਦਿਨ ਹੋਏ ਕਿਤੇ ਅੰਦਰ ਖਾਤੇ ਬਣੀ ਹੋਣੀ ਆ, ਤੇ ਉਹ ਮੈਂ ਤੇ ਕੁਦਰਤੀ ਆਪਣੀ ਆਪਣੇ ਵੇਗ ਦੇ ਵਿੱਚ ਆ ਕੇ ਗੱਲ ਕਰਤਾ, ਪੰਜ ਬੰਦੇ ਖੜੇ ਕਰ ਲਓ, ਸਿੱਖਾਂ ਦੀ ਜਥੇਬੰਦੀ ਬਣਾ ਲਓ। ਉਹ ਕਹਿੰਦੇ ਅਸੀਂ ਸਿੱਖਾਂ ਦੇ ਕੌਮ ਦੇ ਆਗੂ ਆ, ਲਿਆ ਕੇ ਇੱਥੋਂ ਦੇ ਮੇਅਰ ਨੂੰ, ਮੇਅਰ ਤਾਂ ਕਹਿੰਦਾ ਵੀ 10 ਬੰਦੇ ਇਕੱਠੇ ਕਰੋ, ਮੈਂ ਆ ਜਾਂਦਾ, ਮਿਸੀਸਾਗਾ ਦਾ, ਬਰੈਂਪਟਨ ਦਾ ਲੈ ਲਓ, ਟੋਰਾਂਟੋ ਵਾਲਾ ਲੈ ਲਓ, ਅਤੇ ਆਪਣੇ ਤੁਸੀਂ ਪ੍ਰੀਮੀਅਮ ਸਾਹਿਬ ਸੱਦਣਾ ਹੋਵੇ ਮਹੀਨਾ ਕੁ ਪਹਿਲਾਂ, ਉਹਨਾਂ ਕੋਲ ਟਾਈਮ ਲੈ ਲਓ ਜੀ, ਸਾਡੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ, ਸਾਡੇ ਕੋਲ ਮਸਲੇ ਨੇ, ਅਤੇ ਉੱਥੇ ਕਰਾ ਲਓ। ਸਿੱਖਾਂ ਦੀ ਇੱਕ ਜਥੇਬੰਦੀ, ਹੁਣ ਨੌਰਥ ਅਮੈਰੀਕਾ ਦੀ ਇੱਕ ਬੜੀ ਵੱਡੀ ਜਥੇਬੰਦੀ ਮਿਲਣ ਗਈ ਸੀ ਪ੍ਰੀਮੀਅਮ ਸਾਹਿਬ ਨੂੰ, ਅੱਜ ਡੱਗਫੋਰਡ ਸਾਹਿਬ ਨੇ, ਲਓ ਜੀ ਫੋਟੋਆਂ ਛਪ ਗਈਆਂ ਅਖਬਾਰਾਂ ਵਾਲਿਆਂ ਨੂੰ, ਜਿਹਨੇ ਜਿਹੜੇ ਵਾਕਫ ਆ ਉਹਨਾਂ ਨੂੰ ਫੋਟੋ ਦਿੱਤੀ, ਉਹਨਾਂ ਨੂੰ ਲਾ ਦੇਣੀ ਆ, ਅਤੇ ਉਦੋਂ ਬਾਅਦ ਕੀ ਹੁੰਦਾ ਕਿ ਜਥੇਬੰਦੀ ਹੋ ਗਈ ਜੀ, ਬੱਲੇ 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 ਬਈ, ਸਿੱਖਾਂ ਦੀ ਇੱਕ ਜਥੇਬੰਦੀ ਬਣ ਗਈ, ਉੱਥੇ ਬੜੀ ਵੱਡੀ ਗੱਲਬਾਤ ਆ ਬਈ। ਚਾਵਲਾ ਜੀ ਮੈਂ ਸਵਾਲ ਪਤਾ ਕਿਉਂ ਕੀਤਾ ਇਹ, ਮਤਲਬ ਜਿਹਦਾ ਸਵਾਲ ਮੈਂ ਪੱਟੀ ਸਾਹਿਬ ਨੂੰ ਤਾਂ ਕੀਤਾ ਬਈ, ਜੇ ਤਾਂ ਆਪਾਂ ਹੁਣ ਇੱਕ ਪਾਸੇ ਰੱਖੀਏ ਸਰ, ਜੇ ਤਾਂ ਵਾਕਈ ਇਹ ਜਿੱਦਾਂ ਹੁਣ ਤੁਸੀਂ ਜਥੇਬੰਦੀਆਂ ਦੀ ਡੈਫੀਨੇਸ਼ਨ ਦੇ ਰਹੇ, ਜੇ ਤਾਂ ਇਹ ਵਾਕਈ ਇੱਦਾਂ ਦੀਆਂ ਮਤਲਬ ਕਿ ਸਿਰਫ ਇੱਕ ਕਮਰੇ ਦੇ ਵਿੱਚੋਂ ਚਾਰ ਚਾਰ ਪੰਜਾਂ ਪੰਜਾਂ ਦੀਆਂ ਬੰਦਿਆਂ ਦੀਆਂ ਪੁੰਗਰੀਆਂ ਆ, ਜਥੇਬੰਦੀਆਂ ਆ ਆਪਣੇ ਆਪਣੇ ਤੋਰੀ ਫੁਲਕਾ ਚਲਾਉਣ ਲਈ, ਤਾਂ ਫਿਰ ਤਾਂ ਆਪਾਂ ਇਹਨਾਂ ਦੀਆਂ ਜਿਹੜੀਆਂ ਇਹ ਆਪਣਾ ਬਿਆਨਬਾਜ਼ੀਆਂ ਦਿੰਦੇ ਨੇ, ਵੀਡੀਓ ਪਾਉਂਦੇ, ਫਿਰ ਤਾਂ ਆਪਾਂ ਇਹਨਾਂ ਜਾਂ ਤਾਂ ਇਹਨਾਂ ਨੂੰ ਇਗਨੋਰ ਕਰੀਏ, ਬਿਲਕੁਲ ਇਹਨਾਂ ਦੀ ਗੱਲ ਹੀ ਨਾ ਕਰੀਏ, ਜਦੋਂ ਇਗਨੋਰ ਕਰਾਂਗੇ ਆਪੇ ਹੀ ਬਹਿ ਜਾਣੀ ਆ ਇਹ, ਤੇ ਆਪਾਂ ਹਾਂਜੀ ਜੀ ਬਿਲਕੁਲ ਸਹੀ ਗੱਲ ਤੁਹਾਡੀ, ਗੱਲ ਚਲੋ ਕਰਨੀ ਬਣਦੀ, ਪੱਟੀ ਸਾਹਿਬ ਕੀ ਕਹਿਣਾ ਚਾਹੋਗੇ ਜੀ? ਮਿਹਰਬਾਨੀ, ਸੌਰੀ ਜੀ, ਇੱਕ ਗੱਲ ਜਿਹੜੀ ਜੁਗਾ ਪਹਿਲੀ ਗੱਲ ਤੇ ਮੈਂ ਇਹਨਾਂ ਨੂੰ ਦੱਸ ਦਿਆ ਸੀ, ਤਾਲੇਬੰਦੀ ਕੋਈ ਜਥੇਬੰਦੀ ਇੱਕ ਨਹੀਂ ਜੀ, ਘੱਟੋ ਘੱਟ 40 ਜਥੇਬੰਦੀਆਂ ਨੇ, ਹਾਂ ਉੱਥੇ ਵੀ ਹੈਗੀਆਂ, ਉਹ 40 ਜਥੇਬੰਦੀਆਂ ਨੇ, ਇਹ ਸਮਝੌਤਾ ਕਿਹਦੇ ਨਾਲ ਹੋਇਆ, ਕਿੰਨੀਆਂ ਨਾਲ ਹੋਇਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ 40 ਜਥੇਬੰਦੀਆਂ ਅੱਧੀ ਕਿਤੇ ਪਾਕਿਸਤਾਨ ਚ ਬੈਠੀਆਂ ਨੇ, ਕੋਈ ਸਾਊਦੀ ਅਰਬ ਚ ਬੈਠੀਆਂ ਨੇ, ਕੁਝ ਅਫਗਾਨਿਸਤਾਨ ਚ ਬੈਠੀਆਂ ਨੇ, ਇਹ ਸਾਊਦੀ ਅਰਬ ਵਾਲਿਆਂ ਨੇ ਅਮਰੀਕਾ ਨਾਲ ਸਮਝੌਤਾ ਕਰਾਉਣ ਦੇ ਵਿੱਚ ਬੜਾ ਵੱਡਾ ਰੋਲ ਨਿਭਾਇਆ, ਬਿਲਕੁਲ ਇਹ ਬਕਾਇਦਾ ਤੌਰ ਤੇ ਅਖਬਾਰ ਸਭ ਖਬਰ ਸਭੀ ਜੀ ਪਿਛਲੇ ਸਰ, ਮੈਂ ਉਹਦਾ ਹਵਾਲਾ ਦੇ ਗੱਲ ਕਰ ਰਿਹਾ, ਮੈਂ ਆਪਣੇ ਕੋਲ ਨਹੀਂ ਕਰ ਰਿਹਾ, ਭਾਵੇਂ ਉਹਨਾਂ ਨੇ ਕਹਿਤਾ ਵੀ ਸਾਡਾ ਕੋਈ ਲੈਣਾ ਦੇਣਾ ਇੰਡੀਆ ਗਵਰਨਮੈਂਟ ਨਾਲ ਨਹੀਂ, ਸਾਡੇ ਉੱਥੋਂ ਜਿੰਨੇ ਵੀ ਸਾਡੇ ਉੱਥੇ ਹੈਗੇ ਹਾਈ ਕਮਿਸ਼ਨ ਦਾ ਸਟਾਫ ਸੀ, 50 ਬੰਦਿਆਂ ਦਾ ਸਟਾਫ ਵਾਪਸ ਆ ਗਿਆ, ਸਾਰੀਆਂ ਚਲੇ ਗਈਆਂ, ਸਾਡੇ ਕੋਲ ਸਾਰੀਆਂ ਮਸ਼ੀਨ ਚਲੇ ਗਈਆਂ ਉੱਥੋਂ, ਕਿਉਂ ਚਲੇ ਗਈ ਮਾਰਾ ਮਾਰ ਪਈ, ਜੋ ਸ਼ਾਂਤੀ ਵਾਪਸ ਚੱਲ ਜਾਣਗੇ ਕੋਈ ਗੱਲ ਨੀ। ਦੂਸਰੀ ਗੱਲ ਜਿਹੜੀ ਤੁਸੀਂ ਜਥੇਬੰਦੀ ਦੀ ਗੱਲ ਕੀਤੀ, ਅੱਜ ਦੀ ਡੇਟ ਦੇ ਵਿੱਚ 5 ਵਾਰੀ ਅਕਾਲੀ ਦਲ ਦੀ ਸਰਕਾਰ ਬਣੀ, 5 ਵਾਰੀ ਮੁੱਖ ਮੰਤਰੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਹਿਲੀ ਵਾਰੀ ਉਹਨਾਂ ਤੇ ਕਰਪਸ਼ਨ ਦੇ ਦੋਸ਼ ਲੱਗੇ ਤੇ ਸਿੰਗਾਲੀ ਕਮਿਸ਼ਨ ਬਣਿਆ ਜਿਹਦੀ ਰਿਪੋਰਟ ਅੱਜ ਤੱਕ ਮੁਲਕ ਬਾਹਰ ਨਿਕਲੀ ਨੀ ਜੀ, ਕਰਪਸ਼ਨ ਦੇ ਸੰਗੀਨ ਇਲਜ਼ਾਮ ਲੱਗੇ, ਮੁੰਡੇ ਮਾਰਨ ਦੇ ਪਹਿਲੀ ਵਾਰੀ ਇਲਜ਼ਾਮ ਲੱਗੇ ਸੀ ਬਾਦਲ ਉੱਤੇ ਕਿ ਉਹਨਾਂ ਦੇ ਮੁੰਡੇ ਮਾਰੇ, ਅਸੀਂ ਫਿਰ ਬਾਦਲ ਸਾਹਿਬ ਨੂੰ ਉਦੋਂ ਬਾਅਦ 4 ਵਾਰੀ ਮੁੱਖ ਮੰਤਰੀ ਬਣਾਇਆ, 4 ਵਾਰੀ ਬਣਾਇਆ, ਫਿਰ ਤੁਸੀਂ ਇਹ ਸੋਚ ਲਓ ਵੀ ਸਾਡੀ ਜਿਹੜੀ ਆਪਣੀ ਜਿਹੜੀ ਅਸਲ ਕਿੱਥੇ ਕੀ ਕਾਚਲ ਸੀ। ਔਰ ਇਹ ਵੀ ਕਹਿ ਦਿਓ ਪੱਟੀ ਸਾਹਿਬ, ਇਹ ਵੀ ਨਾਲ ਜੋੜ ਦਿਓ ਕਿ ਹੋ ਸਕਦਾ ਕਿ ਉਹ ਜਿਹੜੇ ਮੁੰਡੇ ਮਾਰਨ ਦੇ ਦੋਸ਼ ਲੱਗਣ, ਜਿਹਨਾਂ ਦੇ ਮੁੰਡੇ ਮਰੇ ਹੋਣ, ਉਹਨਾਂ ਨੇ ਵੀ ਕਿਤੇ ਸਮੇਂ ਬਦਲਣ ਤੋਂ ਬਾਅਦ ਵੋਟ ਕਿਤੇ ਫੇਰ ਪਾ ਦਿੱਤੀ ਹੋਵੇ। ਚਾਵਲਾ ਸਾਹਿਬ ਨੇ ਸਮਾਂ ਥੋੜਾ ਚਲੋ ਦੱਸ ਦਿੰਦਾ, ਜਦੋਂ ਇਹਨਾਂ ਨੇ ਪਹਿਲਾ ਮੁੰਡਾ ਮਾਰਿਆ ਵਾ ਹਰਜੀਤ ਸਿੰਘ ਚੜਿਕ, ਦਰਸ਼ਨਜੀਤ ਸਿੰਘ ਇੰਸਪੈਕਟਰ ਸੀ ਜਿਹਨੇ ਗੋਲੀ ਮਾਰੀ ਸੀ, ਤੇ ਬਕਾਇਦਾ ਤੌਰ ਤੇ ਬਾਦਲ ਸਾਹਿਬ ਉਦੋਂ ਉਹਨਾਂ ਦੇ ਘਰ ਗਿਆ ਸੀ, ਉਦੋਂ ਗਿਆਨੀ ਸਰਕਾਰ ਸੀ, ਤੇ ਜਾ ਕੇ ਕਿਹਾ ਸੀ ਸਾਡੀ ਸਰਕਾਰ ਬਣੀ ਤੇ ਇਸ ਬੰਦੇ ਦੇ ਖਿਲਾਫ 302 ਦਾ ਮੁਕਦਮਾ ਦਰਜ ਕਰਕੇ ਜੇਲ੍ਹ ਚ ਜਾਊ, ਤੇ ਉਹਨਾਂ ਦੇ ਫਾਦਰ ਸੂਬੇ ਦਾ ਰਿਟਾਇਰ ਸੀਗੇ ਜੰਗੀਰ ਸਿੰਘ, ਇਹ ਤੱਕ ਮੈਨੂੰ ਯਾਦ ਆ, ਉਹ ਜਿੱਥੇ ਵੀ ਵਿਦਿਆਰਥੀਆਂ ਦੀ ਕੋਈ ਸਟੇਜ ਲੱਗ ਰਹੀ ਸੀ ਜਾ ਕੇ ਉੱਥੇ ਪ੍ਰਚਾਰ ਕਰਦੇ ਸੀ,
ਉਹਨਾਂ ਨੇ ਕੀ ਕਿਹਾ ਸੀ? ਉਹ ਕਹਿੰਦੇ ਸੀ ਭਾਈ ਵੇਖੋ ਬਾਦਲ ਦੇ ਵਿੱਚ ਤੇ ਇਹਦੇ ਵਿੱਚ ਆਪਣੇ ਗਿਆਨੀ ਜੈਲ ਸਿੰਘ ਕੋਈ ਫਰਕ ਨੀ ਪਏਗਾ। ਉਹਨੇ ਕਿਹਾ ਸੀ ਜਿਹੜਾ ਹਰਜੀਤ ਸਿੰਘ ਚੜਿਕ ਸੀ ਉਹਨੂੰ ਦਰਸ਼ਨਜੀਤ ਸਿੰਘ ਨੇ ਗੋਲੀ ਮਾਰ ਕੇ ਮਾਰਿਆ ਤੇ ਬਾਦਲ ਨੇ ਕਿਹਾ ਸੀ 302 ਦਾ ਮੁਕਦਮਾ ਦਰਜ ਕਰਾਂਗੇ ਤੇ ਗਿਆਨੀ ਸਰਕਾਰ ਨੇ ਉਹ ਕਤਲ ਮਾਫ਼ ਕੀਤਾ ਤੇ ਬਾਦਲ ਨੇ ਉਸ ਇੰਸਪੈਕਟਰ ਨੂੰ DSP ਬਣਾਇਆ। ਅਸੀਂ ਇੰਨਾ ਕੁਛ ਹੋਣ ਦੇ ਬਾਵਜੂਦ ਸਮਝ ਨੀ ਸਕੇ। ਮੈਂ ਉਸ ਵੇਲੇ ਦਿੱਲੀ ਦੀ ਗੱਲ ਕਰਦਾ, ਛੋਟੀ ਜਿਹੀ ਗੱਲ ਕਰਦਾ, ਬਹੁਤ ਲੰਬੀ ਨੀ ਕਰਦਾ। ਦਿੱਲੀ ਦੇ ਵਿੱਚ 2013 ਚ ਇਲੈਕਸ਼ਨ ਹੋਈ ਤੇ ਅਗਲਿਆਂ ਸਾਲਿਆਂ ਨੂੰ ਪੂੰਝ ਸੁੱਟਦਾ ਭਾਈ ਤੁਸੀਂ ਪਾਸੇ ਹੋ ਜਾਓ ਹੁਣ ਦੂਜਿਆਂ ਨੂੰ ਕੰਮ ਕਰਨ। ਜਿਹੜੀ 2013 ਚ ਇਲੈਕਸ਼ਨ ਹੋਈ ਤੇ ਘਰ ਘਰ ਸ਼ਰਾਬ ਮੀਟ ਮੱਛੀ ਸਭ ਕੁਛ ਵੰਡਿਆ ਗਿਆ। MLA ਦੀ ਡਿਊਟੀਆਂ ਲੱਗ ਗਈਆਂ, ਮੰਤਰੀ ਦੀ ਡਿਊਟੀ ਲੱਗ ਗਈਆਂ ਵੀ ਤੁਸੀਂ ਆਹ ਕੰਮ ਕਰਨਾ। ਲੋਕਾਂ ਨੇ ਪਾ ਕੇ ਵੋਟਾਂ ਬਣਾ ਦਿੱਤਾ, ਲੇਕਿਨ ਜੋ 4 ਸਾਲ ਉੱਥੋਂ ਗੁਲਕ ਦਾ ਕੰਮ ਕੀਤਾ ਗਿਆ ਸਾਰੀਆਂ ਸਾਰਿਆਂ ਦੇ ਅਖਬਾਰਾਂ ਸ਼ਿੰਗਾਰ ਬਣਦਾ ਰਿਹਾ। ਬਿਲਕੁਲ। ਉਸ ਤੋਂ ਬਾਅਦ ਜੇ 2017 ਦੀ ਚੋਣ ਹੋਈ ਆ ਤੇ ਬਾਦਲ ਦੀਆਂ ਭਾਵੇਂ ਫੋਟੋ ਨੀ ਲੱਗੀਆਂ ਤੇ ਮਨਜੀਤ ਸਿੰਘ GK ਦੀ ਫੋਟੋ ਲਾ ਕੇ ਇਲੈਕਸ਼ਨ ਲੜੀ ਤੇ ਬਾਦਲ ਦਾ ਫਿਰ ਦਿੱਤਿਆ। ਸਰਨੇ ਫਿਰ ਨਿਹੰਗਦੇ ਬਾਟਿਆਂ ਨੂੰ ਮਾਂਜੇਗਾ। ਅੱਜ ਫਿਰ ਇਲੈਕਸ਼ਨ ਹੋ ਰਹੀ ਆ, ਬਕਾਇਦਾ ਤੌਰ ਤੇ ਮਨਜੀਤ ਸਿੰਘ GK ਤੇ ਦੋਸ਼ ਲੱਗੇ ਵੀ 50 ਲੱਖ ਰੁਪਇਆ ਕੈਨੇਡਾ ਚੋਂ ਆਇਆ ਤੇ ਉਹ ਖਾ ਗਿਆ। ਜੇ ਹੁਣ ਸੱਚੇ ਦੇ ਦੋਸ਼ ਲੱਗਿਆ ਤੇ 12 ਕਰੋੜ ਰੁਪਇਆ ਨਾ 2 ਕਰੋੜ 12 ਕਰੋੜ ਰੁਪਇਆ ਆਇਆ ਤੇ ਉਹ ਕਹਿੰਦੇ ਜੀ 10 ਕਿੱਥੇ ਪੈਸੇ ਪਏ ਆ? ਪੈਸੇ ਨੂੰ ਪਤਾ ਕੋਈ ਨੀ, ਪਤਾ ਕੋਈ ਨੀ। ਜਿਹਦੇ ਬਾਰੇ ਤੁਸੀਂ ਬੜੀ ਜ਼ੋਰ ਨਾਲ ਕਿਹਾ ਸੀ ਵੀ ਇਹ ਸਾਫ ਦੱਸਣ ਆ ਕੇ ਕਹਿਣ ਗੁਰੂ ਘਰ ਦੇ ਵਿੱਚ ਨਹੀਂ ਪੈਸੇ ਨਹੀਂ ਪੈਸੇ ਭਰਾਂਗੇ, ਜਿਹੜੀ ਅਜੇ ਵੀ ਉੱਥੇ ਆ, ਅਜੇ ਵੀ ਉੱਥੇ ਆ, ਅੱਜ ਵੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ। ਅੱਛਾ, ਅਗਲੀ ਗੱਲ ਕਰ ਦਿਓ, ਜਿਹੜਾ ਮਨਜਿੰਦਰ ਸਿੰਘ ਸਰਸਾ ਦੇ ਖਿਲਾਫ 2 FIR ਦਰਜ ਹੋ ਗਈ ਹੈ। LOC ਜਾਰੀ ਕਰਤੀ ਅਦਾਲਤ ਨੇ, ਇਹਦਾ ਪਾਸਪੋਰਟ ਜਮ੍ਹਾਂ ਕੀਤਾ ਜਾਵੇ, ਭੱਜ ਨਾ ਜਾਵੇ ਕਿਤੇ। LOC ਉਦੋਂ ਜਾਰੀ ਹੁੰਦੀ ਜਦੋਂ ਕਿ ਸੰਗੀਨ ਕੋਈ ਜੁਰਮ ਕੀਤਾ ਗਿਆ ਸੀ। ਲੇਕਿਨ ਸਾਡੇ ਲੋਕਾਂ ਨੇ ਜੇ ਫੇਰ ਵੀ ਉਹਨਾਂ ਨੂੰ ਵੋਟਾਂ ਪਾ ਕੇ ਫਿਰ ਕਾਮਯਾਬ ਕਰਤਾ ਤਾਂ ਫਿਰ ਲਾਂਚੀ ਕਦੋਂ ਮੁੜ ਕੇ ਕਹੂੰਗਾ? ਬਿਲਕੁਲ, ਚਲੋ ਇਹੀ ਤੇ ਕਹਿੰਦੇ ਵੀ ਤੁਸੀਂ ਲਾਂਚ ਕੀ ਹੋ, ਫਿਰ ਤੁਸੀਂ ਕਹਿੰਦੇ ਧੂਤੇ ਨਾ ਕਿਆ ਕਰੋ। ਸਰਨੇ ਪਿੱਟ ਕੇ ਮਰ ਗਏ, 20 ਕਰੋੜ ਤੇ ਅਸੀਂ ਛੱਡ ਕੇ ਗਏ, ਉਹ ਕਿੱਥੇ ਸਾਨੂੰ ਸਾਫ ਤੇ ਦੇ ਦੋ ਉਹਦਾ ਨਾ? ਉਹ ਗੋਲ ਕਲੱਬ ਦੀ ਤਾਂ 120 ਕਰੋੜ ਲੱਭਦੇ ਆ, ਫਿਰ ਫੇਰ ਅਸੀਂ ਉਹ ਕੱਬੇ ਸੀਗੇ। ਦੇਖੋ ਗੱਲ ਹੈਗੀ, ਜਿੱਦਣ ਸਾਬਤ ਕਰ ਦੇਣਗੇ ਨਾ ਚਾਵਲਾ ਜੀ, ਇਹ ਤੁਹਾਡੇ ਸਾਹਮਣੇ ਆ ਜਾਣਗੇ। ਇਹ ਉਹਨਾਂ ਦਾ ਸਟਾਈਲ ਹੈ, ਬੰਦਾ ਜਿਸ ਅੰਦਾਜ਼ ਨਾਲ ਬੋਲਦਾ ਸੱਚਾ ਬੋਲਦਾ ਹੁੰਦਾ। ਮੈਂ ਉਹਨਾਂ ਨੂੰ ਕਿਹਾ ਸੀ ਤੁਹਾਡੇ ਤੇ ਐਲੀਗੇਸ਼ਨ ਲੱਗਦੇ ਆ, ਕਹਿੰਦੇ ਸਾਬਤ ਕਰ ਦੇਣ, ਸਾਬਤ ਕਰ ਦੇਣਗੇ ਵੀ ਅਸੀਂ ਕਿਤੇ ਗੁਰੂ ਦੀ ਗੋਲਕ ਦੇ ਵਿੱਚ ਚੁਆਨੀ ਵੀ ਖਾਧੀ ਆ ਤੇ ਅਸੀਂ ਦੇਣਦਾਰ ਹਾਂ। ਮੇਰੇ ਕੋਲ ਅਜੇ ਤੱਕ ਰਿਕਾਰਡਿੰਗਾਂ ਪਈਆਂ ਨੇ। ਉਹ ਇਹ ਜਿਸ ਤਰੀਕੇ ਦੇ ਨਾਲ ਸ਼ੜਯੰਤਰ ਰਚਾਇਆ ਗਿਆ, ਜਿਸ ਤਰੀਕੇ ਦੇ ਨਾਲ ਜੋ ਕੁਝ ਹੋਇਆ ਤੁਸੀਂ ਅਸੀਂ ਸਾਰੇ ਸਮਝਦੇ ਹਾਂ, ਪਰ ਅਜੇ ਤੱਕ ਉਹ ਬਿਲਕੁਲ ਸਾਫ਼ ਨੇ। ਜਿਹੜੇ ਐਲੀਗੇਸ਼ਨ ਲੱਗੇ ਸਾਬਤ ਨਹੀਂ ਹੋ ਸਕੇ ਇੰਨੇ ਸਾਲਾਂ ਦੇ ਵਿੱਚ ਵੀ, ਪਰ ਇਹ ਹੁਣ ਉਹਨਾਂ ਐਲੀਗੇਸ਼ਨਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ, ਇਹਨਾਂ ਦੇ ਮੁਕੱਦਮੇ ਵੀ ਦਰਜ ਹੋ ਗਏ ਨੇ। ਤੇ ਇਹਨਾਂ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਵੀ ਇਹਦੇ ਬਾਵਜੂਦ ਵੀ ਲੋਕਾਂ ਨੇ ਜਿਤਾ ਦਿੱਤਾ ਜਾਂ ਸਿੱਖਾਂ ਨੇ ਜਿਤਾ ਦਿੱਤਾ, ਤਾਂ ਮਤਲਬ ਦਿੱਲੀ ਦੇ ਸਿੱਖਾਂ ਨੂੰ ਮੰਨਿਆ ਜਾਂਦਾ ਸੀ ਕਿ ਉਹ ਪਾਕ ਨੇ, ਪਵਿੱਤਰ ਨੇ, ਅਜੇ ਗੁਰੂ ਦੇ ਲੜ ਲੱਗੇ ਨੇ। ਇਹਦਾ ਮਤਲਬ ਉਹੀ ਜਕਰੀਆ ਖਾਣ ਵਾਲੀ ਦੁੱਧ ਚ ਕਾਂਡੀ ਜਿਹੜੀ ਹੈ ਨਵਾਬੀ ਨੂੰ ਠੋਕਰਾਂ ਮਾਰਨ ਵਾਲੀ, ਵੀ ਉਹ ਲੋਕ ਲਾਲਚੀ ਨਹੀਂ ਸਨ ਦਿੱਲੀ ਦੇ, ਇਹ ਲਾਲਚ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਆ ਉਦੋਂ ਘਰ ਘਰ ਦਿੱਲੀ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਬੰਦਾ ਸੀਗਾ ਸੇਵਾਦਾਰ, ਉਹਦੇ ਪਿੰਡਾਂ ਤੱਕ ਪਹੁੰਚ ਗਏ, ਉਹਦੇ ਘਰਾਂ ਤੱਕ ਵੀ ਪਹੁੰਚੇ। ਤੁਸੀਂ ਅਸੀਂ ਗੱਲਾਂ ਕਰਦੇ ਰਹੇ ਵੀ ਕਿਵੇਂ ਅਤੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਇਸੇ ਹੀ ਮਾਈਕ 'ਤੇ, ਇਸੇ ਹੀ ਚੈਨਲ 'ਤੇ, ਇਸੇ ਹੀ ਰੇਡੀਓ 'ਤੇ ਇਹ ਕੀਤੀਆਂ ਨੇ। ਤੁਹਾਨੂੰ ਯਾਦ ਹੋਊਗਾ, ਸਾਨੂੰ ਵੀ ਯਾਦ ਆ, ਪਰ ਅਸੀਂ ਸਰਨਿਆਂ ਦਾ ਪੱਖ ਨਹੀਂ ਪੂਰਦੇ। ਜਦੋਂ ਸਰਨੇ ਗਲਤ ਹੋਣਗੇ ਸਰਨਿਆਂ ਨੂੰ ਕਹਾਂਗੇ, ਪਰ ਅਜੇ ਤੱਕ ਉਹਨਾਂ ਦੇ ਖਿਲਾਫ਼ ਇਹ ਇੱਕ ਵੀ ਉਹ ਚੀਜ਼ ਸਾਬਤ ਨਹੀਂ ਕਰ ਸਕੇ, ਜਿਹੜੇ ਝੂਠੇ ਇਲਜ਼ਾਮ ਜਾਂ ਸੱਚੇ ਇਲਜ਼ਾਮ ਕੁਝ ਵੀ ਕਹਿ ਸਕਦੇ, ਜਿਹੜੇ ਇਲਜ਼ਾਮ ਲਾ ਕੇ ਇਹ ਗੁਰਦੁਆਰਾ ਦੀ ਇਹਨਾਂ ਨੇ ਜਿਹੜੀ ਸੇਵਾ ਸੰਭਾਲ ਜਿਹੜੀ ਕੀ ਵੀ ਗੋਲਕ ਅਸੀਂ ਵਧੀਆ ਗਿਣ ਸਕਦੇ ਹਾਂ, ਸੇਵਾ ਵਧੀਆ ਕਰ ਸਕਦੇ ਹਾਂ, ਉਹਦੀ ਸੇਵਾ ਸੰਭਾਲ ਸੰਭਾਲੀ। ਚਲੋ, ਜੇ ਕਿਸੇ ਕੋਈ ਦਾ ਜਵਾਬ ਹੋਵੇ, ਮਨਜਿੰਦਰ ਸਿਰਸਾ ਹੋਵੇ, ਮਨਜੀਤ ਸਿੰਘ GK ਹੋਵੇ, ਕਰਦੇ ਰਹੇ ਹੋ ਤੁਸੀਂ ਰੰਗਲਾ ਪੰਜਾਬ ਦੇ ਵਿੱਚ ਇੰਟਰਵਿਊ, ਅੱਜ ਤੋਂ 10-20 ਸਾਲ ਪਹਿਲਾਂ ਜਦੋਂ ਤੁਹਾਡੇ ਨਾਮ ਛਪਦੇ ਸੀ, ਅਸੀਂ ਫੋਨ ਕਰਦੇ ਸਾਂ, ਤੁਸੀਂ ਚੁੱਕ ਲੈਂਦੇ ਸੀ ਵੀ ਦੇਸ਼ੋਂ ਰੇਡੀਓ ਤੋਂ ਕਾਲ ਆਈ ਹੈ। ਅੱਜ ਸੋਸ਼ਲ ਨੈਟਵਰਕ ਮੀਡੀਆ ਦਾ ਯੁੱਗ, ਅੱਜ ਬਹੁਤ ਸਾਰੇ ਰੇਡੀਓ ਟੈਲੀਵਿਜ਼ਨ ਨੇ, ਪਰ ਅਸੀਂ ਉਹੀ ਹਾਂ। ਸਵਾਲ ਵੀ ਉਹੀ
ਅੰਦਾਜ਼ ਵੀ ਉਹੀ ਸਟਾਈਲ ਵੀ ਉਹੀ ਪੱਟੀ ਸਾਹਿਬ ਬੁਲਾਈਏ ਫਿਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ